ਹੈਲੋ। ਹਾਂ ਨੀ ਮਿੰਦੋ, ਕਿਵੇਂ ਆ? ਨੀ ਠੀਕ ਆ ਭੈਣੇ, ਬਸ ਪੁੱਛਣਾ। ਹੋਰ ਕੋਈ ਨਵੀਂ ਤਾਜੀ ਸੁਣਾ। ਮੇਰੀਆਂ ਤਾਂ ਕਾਹਦੀਆਂ ਭੈਣੇ, ਮੇਰੀ ਤਾਂ ਨਾ ਆਹ ਨੂੰ ਇਹੋ ਜਿਹੀ ਲਿਆਂਦੀ ਨੀ, ਭੰਬਲ ਭੂਸੇ ਪਾਈ ਰੱਖਦੀ ਆ ਮੈਨੂੰ ਸਾਰਾ ਦਿਨ। ਹੋਰ ਨੀ ਭੈਣੇ, ਕਿਉਂਕਿ ਤੈਨੂੰ ਮੈਂ ਕੀ ਦੱਸਾਂ, ਇੰਨੀ ਖਰਚੀਲੀ ਆ, ਇੰਨੀ ਖਰਚੀਲੀ ਆ ਨਾ, ਗੱਲਾਂ ਹੀ ਛੱਡ ਦੇ। ਨੀ ਭੈਣੇ, ਪੈਸੇ ਨੂੰ ਪੈਸਾ ਨਹੀਂ ਸਮਝਦੀ ਇਹ ਤਾਂ, ਇਹ ਤਾਂ ਐਂ ਸਮਝਦੀ ਆ ਵੀ ਬਸ ਜਾ ਕੇ ਦਰਖਤ ਹਿਲਾ ਦੇਣਾ ਤੇ ਉੱਤੋਂ ਡਿੱਗ ਪੈਣੇ ਆ। ਆਹ ਮੁੰਡਾ ਸਾਡਾ ਭੈਣੇ ਆਪਦਾ ਹੀ ਮਾੜਾ ਨਿਕਲ ਗਿਆ, ਮਗਰ ਲੱਗਿਆ ਫਿਰਦਾ ਉਹਦੇ। ਉਹ ਜਿੱਦਰ ਨੂੰ ਕਹਿ ਦਿੰਦੀ ਆ ਤੇ ਬਾਂਦਰ ਵਾਂਗੂ ਪੂਛ ਹਿਲਾ ਕੇ ਤੇ ਮਗਰ ਹੀ ਟਬੂਸੀਆਂ ਮਾਰਦਾ ਫਿਰਦਾ। ਜੇ ਕੁਛ ਕਹਿ ਦਿੰਦੀ ਆ ਤਾਂ ਕਹਿ ਦਿੰਦੇ ਆ ਇਹ ਪੜ੍ਹੀ ਲਿਖੀ ਆ, ਇਹ ਪੜ੍ਹੀਆਂ ਲਿਖੀਆਂ ਹੀ ਹੁੰਦੀਆਂ। ਨੀ ਭੈਣੇ, ਕਾਹਦੀ ਗੱਲ ਕਰਦੀ ਆ, ਲੈ ਰੋਟੀਆਂ। ਮੈਂ ਇਹਨੂੰ ਆਖਿਆ ਕੁੜੇ ਇੰਨਾ ਆਪਣੇ ਸੁੱਖਣਾ ਪਸ਼ੂ ਢਾਂਡਾ ਹੈਗਾ, ਗੋਹਾ ਪੱਥ ਲਿਆ ਕਰ। ਅਹੇ ਮੇਰੇ ਤਾਂ ਪਤਾ ਨਹੀਂ ਕੀ ਨੇਲ ਨੂਲ, ਕਹਿੰਦੀ ਮੈਂ ਤਾਂ 1500 ਦੇ ਕਰਾ ਕੇ ਲਿਆਈ ਆ। ਲੈ ਆ ਨੌ ਜੇ, ਆਪਣੇ ਤਾਂ ਉਈ ਵੱਧ ਜਾਂਦੇ ਸੁੱਖਣਾ, ਆਪਾਂ ਕੱਟ ਦਿੰਦੀਆਂ ਤੇ ਆਹ ਵਧਾ ਵਧਾ ਕੇ ਲੈ ਕੇ ਆਉਂਦੀ ਆ ਪਾਰਲਰਾਂ ਪੂਲਰਾਂ ਜਾਂ 'ਚ ਜਾ ਕੇ। ਹੋਰ ਕਦੇ ਵਾਲ ਕਟਾਉਣ ਉੱਠ ਗਈ, ਕਦੇ ਵਾਲਾਂ ਜਿਹਾ ਨੂੰ ਪ੍ਰੈਸ ਲਵਾਉਣ ਉੱਠ ਗਈ, ਤੇ ਹੁਣ ਅੱਜ ਮੁੰਡੇ ਨੂੰ ਲੈ ਕੇ ਇਹ ਮੈਂ ਦਵਾਈ ਲੈਣ ਜਾਂਦੀ ਹਾਂ। ਮੈਨੂੰ ਪਤਾ ਹੀ ਆ ਦਵਾਈ ਕਿਹੜੀ ਲੈਣ ਜਾਣੀ ਆ, ਲੱਛਣ ਕਰਦੀ ਆ ਦਵਾਈ। ਕਹਿੰਦੀ ਮੇਰੀ ਬਾਂਹ ਦੁਖਦੀ ਆ। ਹੋਰ ਨੀ ਮੁੰਡੇ ਨੂੰ ਮੋਮੋ ਠਗਣੀ ਮਗਰ ਲਾਈ ਫਿਰਦੀ ਆ। ਆ ਮੈਨੂੰ ਲੱਗਦਾ ਗੱਡੀ ਜੀ ਦੇ ਖੜਕਾ ਹੋਇਆ ਤੇ ਮੈਨੂੰ ਤਾਂ ਲੱਗਦਾ ਆ ਗਏ। ਚੱਲ ਚੰਗਾ ਭੈਣੇ, ਮੈਂ ਤੇਰੇ ਨਾਲ ਫੇਰ ਕਰਦੀ ਹਾਂ ਗੱਲ, ਮੈਂ ਮਾੜਾ ਜਿਹਾ ਦੇਖਾਂ ਕਰਾਂ ਪੜਤਾਲ ਵੀ ਕਿੱਥੋਂ ਆਏ ਆ। ਠੀਕ ਆ। ਬੋਲਦੀ ਜੀ, ਤੁਹਾਨੂੰ ਪਤਾ ਚੱਲ ਨਾ ਹੀ ਬੋਲੀ ਕੱਢ ਲੈ ਰਹਾ ਯਾਰ। ਹੈ ਨਹੀਂ, ਬਾਹਰ ਕੱਢ ਹੀ ਲਓ। ਚੱਲ ਕੋਈ ਨਹੀਂ ਹੈਗਾ, ਸਾਰੇ ਲਫਾਫੇ ਕੱਢਦਾ, ਕੋਈ ਗੱਲ ਨਹੀਂ ਹੋ ਗਈ ਬੇਬੇ ਤਾਂ ਕੱਢਦਾ ਮਿੰਟ ਮਾਰ ਮਿੰਟ ਮਾਰ। ਜਲਦੀ ਜਲਦੀ ਆ ਗਈ ਲਕੂ ਨਹੀਂ, ਆ ਜਲੇਬੀਆਂ ਤੇਰੇ ਸਿਆਪਾ ਪਾਉਣਗੀਆਂ। ਹੁਣ ਤੇ ਸਮੋਸਿਆਂ ਦੀ ਮਕਾਲ ਪਈ ਰਹੀ, ਜਲੇਬੀ ਦੇ ਨਾ ਪਵਾ ਦੇਈਏ ਤੂੰ। ਨਹੀਂ ਪਾਉਂਦੀ। ਚੱਲ ਚੱਲ ਆ ਜਾ। ਇੱਧਰੋਂ ਦੀ ਲੰਘ ਜਾ, ਕਿੱਧਰੋਂ ਦੀ ਆ ਪਿੱਛੋਂ ਦੀ ਲੰਘ ਜਾ, ਘਰ ਦੇ ਅੰਦਰੋਂ ਪਿਛਲੇ ਗੇਟ ਤੋਂ ਅੰਦਰ ਵੜ ਜਾ। ਫਿਰ ਵੀ ਤਾਂ ਪਤਾ ਲੱਗ ਜਾਣਾ ਉਹਨਾਂ ਨੂੰ ਜਦੋਂ ਸੂਟ ਪਾਉਂਗੀ। ਫਿਰ ਬੁੜੀ ਨਾ ਦੇਖ ਲੈ, ਇੱਥੇ ਆਪੇ ਪੈ ਜੂਗਾ। ਆਇਓ ਰੱਬਾ, ਪੈ ਗਿਆ ਪਟਾਕਾ ਨਾ। ਆਹ ਕਿਸ ਕਈਆਂ ਹੀ ਵਾਲੀਆਂ ਹੋ ਗਈਆਂ, ਡੂੰਘੀ ਸੱਟ ਮਰਾਈ ਫਿਰਦੀ ਆ ਬਾਂਹ ਤੇ। ਆ ਲਫਾਫਿਆਂ ਵਿੱਚ ਕੀ ਲਿਆਂਦਾ ਨੀ? ਉਹ ਤਾਂ ਇੱਕ ਦੋ ਸੂਟ ਲਿਆਈ ਆ, ਉਹ ਸੇਲ ਜੀ ਲੱਗੀ ਸਸਤੇ ਜੇ। ਸ਼ਾਬਾਸ਼ ਨਾ, ਗਏ ਤੁਸੀਂ ਇਸ ਮਾਰੇ ਸੀ। ਉਹ ਕਾਹਨੂੰ ਦਵਾਈ ਲੈਣ ਗਏ ਸੀਗੇ ਡਾਕਟਰ ਨਾ। ਹੁਣ ਪੁੱਤ ਬਾਂਹ ਨਹੀਂ ਦੁਖਦੀ ਤੇਰੀ, ਲਿਆ ਮੈਂ ਚੱਕਣਾ ਭਾਰਾ ਹੋਊਗਾ। ਹੈ ਹੁਣ ਤਾਂ ਤੇਰੀ ਬਾਂਹ ਦੁਖਦੀ ਸੀ ਜਾਂਦੀ ਦੀ। ਓਏ ਡਾਕਟਰ ਨਹੀਂ ਮਿਲਿਆ ਉੱਥੇ, ਡਾਕਟਰ ਗਿਆ ਸ਼ਿਮਲੇ। ਅੱਛਾ, ਤੇ ਤੁਸੀਂ ਸੋਚਿਆ ਫਿਰ ਲੀੜੇ ਲੈ ਲਗੇ? ਉਹ ਸੇਲ ਲੱਗੀ ਸੀ, ਮੈਂ ਸਸਤੇ ਜੇ ਮਿਲਦੇ ਲੈ ਲਈਏ। ਚੱਲ ਕਿਤੇ ਕਿੰਨੇ ਕੇ ਮਹਿੰਗੇ, ਕਿਤੇ 2-2 ਹਜ਼ਾਰ ਦਾ ਸੂਟ ਆਇਆ ਸਾਰਾ। ਬੂ ਮੈਂ ਮਰ ਜਾ ਵੇ, ਤੁਸੀਂ 2000 ਨੂੰ, ਹਾਏ ਵੇ ਵੇ, ਆਹ 2000 ਨੂੰ ਹਜੇ ਆਹ ਵੇਖ, ਆਹ ਦਿਖਾ ਦੇ ਅੰਨੇ ਸੂਟ, ਬੂ ਮੈਂ ਮਰ ਜਾ। ਆ ਦੋ ਹੀ ਤਾਂ ਹੈਗੇ ਐ ਤੇ ਆਹ ਆਹ ਹੈ। ਓ ਇਹਦੇ ਚ ਤਾਂ ਕੀ ਐ, ਕੁਛ ਨਹੀਂ ਐ। ਊਂ ਜਲੇਬੀਆਂ ਲੈ 2 ਕਿਲੋ। 2 ਕਿਲੋ ਜਲੇਬੀਆਂ ਨਾ, ਜਲੇਬੀਆਂ ਹਜੇ ਕੱਲ ਪਰਸੋਂ ਤੁਸੀਂ ਸਮੋਸੇ ਖਾ ਕੇ ਹਟੇ ਆ। ਤੇ ਸਮੋਸੇ ਢਿੱਡ 'ਚ ਫਿਰਦੇ ਆ ਜੇ। ਨਹੀਂ ਮੈਂ ਮਰ ਜਾ ਵੇ, ਤੁਸੀਂ ਕਿਉਂ ਘਰ ਪੱਟਣ ਤੇ ਹੋਏ ਆ, ਤੁਸੀਂ ਖੁੰਗਲ ਕਰ ਦੋਗੇ ਸਾਨੂੰ। ਉਹ ਜਲੇਬੀਆਂ ਨਾਲ ਨਹੀਂ ਘਰ ਪਟਿੰਦਾ, ਖਾ ਲੈਂਦੇ।
ਉਹ ਪਾਸੇ ਬਣਾ ਯਾਰ। ਹਾਂ ਤੇ ਲੱਭਣਾ ਤਾਂ ਚੱਲ ਨਹੀਂ ਪੱਟੀ ਦਾ, ਖਾਣ ਪੀਣ ਤਾਂ ਚੱਲ ਮੰਨਿਆ, ਜਰਨਾ ਮੈਂ ਤੇ ਆਹਾ ਲੈ 4000 ਰੁਪਇਆ ਨਹੀਂ ਸੀਗਾ ਤਾਂ ਫਿਰ ਇਹਦਾ ਵਿਆਹ ਨਾ ਕਰਦੇ, ਇਹਨੂੰ ਘਰੇ ਬਿਠਾ ਲੈਂਦੇ। ਵੇਖ ਵੇਖ ਕਿਵੇਂ ਜੀਭ ਚਲਾਉਂਦੀ ਆ ਇਹਨੂੰ, ਮਾੜਾ ਮੋਟਾ ਇਹਦੇ ਗੁੱਤਨੀ ਨੂੰ ਵੱਟ ਦਿਆ ਕਰ ਇਹਦੇ ਨੂੰ। ਮਾੜੀ ਤੂੰ ਵੀ ਠੰਡੀ ਰਿਹਾ ਕਰ। ਪੂਜਾ ਪਾਸੇ ਬੇਬੇ ਕਿਵੇਂ ਚਲਾ ਲਾ ਉਹਦਾ ਫਟਕ ਬੰਦ ਕਰੀ ਬੈਠੀ ਐ। ਪਾਸੇ ਤਾਂ ਹੁਣ ਹੋਣਾ ਹੀ ਆ, ਜਾਂ ਜਾਵੜੋ ਹੁਣ ਇਹਦੀ ਸਮਾਈ ਦੇ ਦੀ, ਇੰਨੇ ਇੰਨੇ ਮਹਿੰਗੇ ਸੂਟ। ਤੁਸੀਂ ਨਹੀਂ ਥੱਲੇ ਲਾਣਾ ਸੀ ਨਾ, ਤੈਨੂੰ ਵਿਆਹ ਨਾ ਕਰਦੇ ਦਾ। ਨਾ ਅਸੀਂ ਤਾਂ ਕਾਹਦਾ ਪੁੱਤ ਥੱਲੇ ਲਾ ਲਿਆ ਇਹਨੂੰ, ਨਾ ਜੇ ਮੈਨੂੰ ਪਤਾ ਹੁੰਦਾ ਵੀ ਤੂੰ ਐਡੀ ਖਰਚੀਲੀ ਆ, ਇਹੋ ਜਿਹੇ ਲੱਛਣ ਵਾਲੀ ਆ, ਮੈਂ ਤਾਂ ਆਪਦਾ ਪੁੱਤ ਜਵਾਣਾ ਵੀ ਆਉਂਦੀ, ਮੈਂ ਤਾਂ ਉਦਾਂ ਹੀ ਨਾ ਕਰ ਦਿੰਦੀ। ਮੈਂ ਤਲਾਕ ਦੇ ਦਿੰਦੀ ਆ ਹੁਣ, ਹਾਂ ਤੇਰੇ ਭਾਅ ਦਾ ਤਾਂ ਗੁੱਡੇ ਗੁੱਡੀਆਂ ਦਾ ਖੇਲ ਆ, ਦੇ ਦਿੰਦੀ ਆ ਤਲਾਕ। ਆਹ ਡਰਾਵਾ ਦੇ ਦਿੰਦੀ ਆ ਤੇ ਮੁੰਡੇ ਨੂੰ ਵੇਖ ਕਿਵੇਂ ਮਗਰ ਲਾਈ ਫਿਰਦੀ ਆ, ਮਾਂ ਪਿਓ ਜੋਕਰਾ ਜਮਾ ਹੀ ਨਹੀਂ ਛੱਡਿਆ। ਐਡੀ ਜੀਵ ਇਹਦੀ ਕਰ ਚੱਲਦੀ ਆ ਕੈਂਚੀ ਵਾਂਗੂ। ਚਾਹ ਬਣਾ ਕੇ ਗੜਬੀ ਚ ਸਿੱਟ ਜੂਗੀ ਦੱਸ। ਭਾਂਡੇ ਤਾਂ ਸਾਰੇ ਉਵੇਂ ਸਿੱਟ ਤੇ, ਬੁੜ ਬੁੜ ਕਰੀ ਜਾਊ, ਕੰਮ ਨੀ ਕੀਤਾ ਉਹ ਨੀ ਕੀਤਾ, ਫਿਰ ਕਹੂ ਕਿ ਮੈਂ ਕੰਮ ਕਰਦੀ ਆਂ। ਬੜੀ ਸਿਆਣੀ ਬਣੀ ਰਹਿੰਦੀ ਸਾਰਾ ਦਿਨ, ਮੈਂ ਤਾਂ ਸਿਰਫ ਇਹਨਾਂ ਕਰਕੇ ਨੀ ਬੋਲਦੀ, ਨਹੀਂ ਤਾਂ ਮੈਂ ਬੁੜੀ ਜੀ ਨੂੰ ਕਾਤਾ ਮੈਂ ਲੋਟ ਦੇਵਾਂ ਮਿੰਟਾਂ ਚ। ਆ ਕੀ ਪੰਨੇ ਜੇ ਫਰੋਲੀ ਜਾਂਦਾ ਪੁੱਤ, ਇਹ ਤਾਂ ਮੈਂ ਤਾਂ ਹਿਸਾਬ ਕਰਦਾ ਸੀ ਮੈਂ। ਅੱਛਾ ਉਹ ਦੇਖ ਲੈ ਤੇ ਕਿੰਨਾ ਖਰਚਾ ਹੋਇਆ ਸਾਰਾ, 6 ਮਹੀਨੇ 7 ਲੱਖ ਰੁਪਏ ਲੱਗਿਆ ਸਾਰਾ। ਹਾਏ ਲੈ 7 ਲੱਖ ਰੁਪਏ ਕੀ, ਤੂੰ ਗੱਲ ਹੀ ਐਂ ਕਰਦਾ ਵੀ ਜਿਵੇਂ ਬਸ ਪੈਸਾ ਕੁਛ ਹੀ ਨਹੀਂ ਹੁੰਦਾ। ਤੂੰ ਨਾ ਮਾੜਾ ਮੋਟਾ ਉਹਨੂੰ ਸਮਝਾਇਆ ਕਰ। ਉਹ ਸਮਝਾਉਣਾ ਹੁੰਦਾ ਤੈਨੂੰ ਕੀ ਪਤਾ, ਉਹ ਤਾਂ ਉਹਦੇ ਸਾਹਮਣੇ ਸਟੈਂਡ ਲੈਣਾ ਪੈਂਦਾ ਮਾੜਾ ਜਾ। ਆਹੋ ਲੈਣਾ ਪੈਂਦਾ ਤੈਨੂੰ ਸਟੈਂਡ ਉਹਦਾ, ਤੂੰ ਤਾਂ ਭੋਰਾ ਹੀ ਨਹੀਂ, ਜਮਾ ਹੀ ਐਂ ਸਾਰੀਆਂ ਕਹਿੰਦਾ ਆਪਣਾ ਆਂਢ ਗਵਾਂਢ ਹੈ ਵੀ ਜਮਾ ਤੀਵੀਂ ਥੱਲੇ ਲੱਗਿਆ ਫਿਰਦਾ ਤੇਰਾ ਮੁੰਡਾ, ਉੱਡ ਉੱਡ ਕੇ ਪੈਂਦੀ ਆ ਉਹ। ਤੁਸੀਂ ਤੇ ਫਿਰ ਤੂੰ ਉਹਨੂੰ ਹਿਸਾਬ ਚ ਕਰ ਸਕਦਾ, ਇੱਥੋਂ ਨਹੀਂ ਹੁੰਦੀ। ਤੂੰ ਨਾ ਉਹਦੀ ਧੌਣ ਚ ਧਰਿਆ ਕਰ, ਦੋ ਉਹਨੂੰ ਹਿਸਾਬ ਚ ਕਰ, ਤੇ ਬਾਅਦ ਚ ਖਾਊ ਕੌਣ ਉਹਦੇ ਕੋਲੋਂ। ਵੇਖ ਕਿਵੇਂ ਡਰਦਾ ਉਹ ਤੋਂ, ਲੈ ਨਾ ਤੂੰ ਬੰਦਾ ਬਾਈ, ਬੰਦੇ ਵੀ ਕਦੇ ਬੁੜੀਆਂ ਤੋਂ ਡਰੇ ਆ? ਉਹਦੇ ਸਾਹਮਣੇ ਪੇਸ਼ ਨਹੀਂ ਚੱਲਦੀ, ਉੱਡੀ ਆਉਂਦੀ ਉਹ ਤਾਂ। ਆਪਾਂ ਤਾਂ ਉਦੋਂ ਐਵੇਂ ਪੰਗਾ ਲੈ ਲਿਆ, ਇਦੋਂ ਤਾਂ ਕਿਸੇ ਗਰੀਬ ਘਰ ਦੀ ਧੀ ਲਿਆਂਦੀ ਹੁੰਦੀ। ਉਦੋਂ ਤੂੰ ਹੀ ਕਹਿੰਦੀ ਸੀ ਮੈਂ ਤਾਂ ਪੜ੍ਹੀ ਲਿਖੀ ਲੈਣੀ ਹੈ, ਪੜ੍ਹੀ ਲਿਖੀ ਲੈਣੀ ਹੈ, ਲੈ ਲਈ ਹੁਣ ਪੜ੍ਹੀ ਲਿਖੀ, ਨਾਲੇ ਮੈਨੂੰ ਸਿਆਪਾ ਪਾਤਾ। ਸਾਨੂੰ ਕੀ ਪਤਾ ਸੀ, ਤੂੰ ਵੀ ਹੁਣ ਹੁਣ ਹੀ ਐ ਕਰਦਾ ਮੇਰੇ ਮੂਹਰੇ, ਉਹਦੇ ਮੂਹਰੇ ਤਾਂ ਕੁਛ ਨਹੀਂ ਬੋਲਦਾ। ਉਹਦੇ ਮੂਹਰੇ ਕੀ ਬੋਲਾਂ, ਤੂੰ ਤਾਂ ਗੱਲ ਮਾੜੀ ਮਾੜੀ ਗੱਲ ਸੁਣ ਲੈਣੀ ਮੇਰੀ ਮਾਂ ਕਰਕੇ, ਉਹ ਨਹੀਂ ਸੁਣਦੀ, ਉੱਡ ਕੇ ਪੈਂਦੀ ਐ। ਐਂ ਤਾਂ ਪੁੱਤ ਆਪਣੀ ਗੱਡੀ ਨਹੀਂ ਚੱਲਦੀ ਫਿਰ। ਮੈਂ ਚੱਲੀ ਜਾਂਦੀ ਮਾੜੀ ਚੰਗੀ ਚੱਲਣ ਜਿਵੇਂ ਚੱਲਦੀ ਐ। ਐਂ ਨਹੀਂ ਆਪਣਾ ਤਾਂ ਜਮਾ ਉਹ ਪੱਠਾ ਬਾਦੂਗੀ ਜਿਹੜੇ ਹਿਸਾਬ ਨਾਲ ਉਹ ਚੱਲਦੀ ਐ। ਚੱਲ ਜਿੰਨੇ ਫਸਲ ਤੋਂ ਬਣਦੇ ਉਹਨੇ ਲੱਗ ਜਾਂਦੇ ਆ, ਆਈ ਚਲਾਈ ਚੱਲੀ ਜਾਂਦੀ ਐ। ਤੇ ਬਸ ਹੋਰ ਗਾਂ ਕੁਛ ਨਹੀਂ, ਤੈਨੂੰ ਆਇਆ ਵੀ ਬਸ ਆਹੀ ਕਬੀਲਦਾਰੀ ਐ। ਹੁਣ ਕੀ ਕਰੀਏ, ਜਦੋਂ ਖਰਚਾ ਕਰਦੀ ਬਾਲਾ, ਮੇਰਾ ਕਿਹੜਾ ਜੀ ਕਰਦਾ ਖਰਚਾ ਕਰਨ ਨੂੰ। ਲੈ ਹਜੇ ਤਾਂ ਅੱਜ ਕਹਿੰਦੀ ਪੀਜ਼ਾ ਲੈ ਕੇ ਚੱਲੀ ਗਏ, ਉਹ ਤਾਂ ਮੈਂ ਜਲੇਬੀਆਂ ਸਾਰਦੀ ਨਹੀਂ, ਪੀਜ਼ਾ 700-800 ਰੁਪਏ ਲਵਾ ਆਉਂਦੀ ਉਹ। ਚੱਲ ਐਂ ਤਾਂ ਤੂੰ ਸੋਚਦਾ ਮਾੜਾ, ਤੇ ਹੋਰ 200 ਦੀ ਜਲੇਬੀਆਂ ਲੈਂਦੀਆਂ ਵਾ ਸਾਰੀਆਂ, ਆਉਂਦੀਆਂ ਨੂੰ ਤੂੰ ਪੈ ਗਈ ਉੱਡ ਕੇ। 200 ਵੀ ਪੁੱਤ ਬਾਲਾ, ਤੈਨੂੰ ਵੀ ਪਤਾ ਅਸੀਂ ਕਿਵੇਂ ਤੇਰੇ ਪਿਆਉਣੇ ਵੇਖ ਲਾ, ਮੈਂ ਤਾਂ ਕਦੇ ਭੋਰਾ ਨਹੀਂ ਖਰਚਾ ਕੀਤਾ। ਜੇ ਡੀ ਡੈਣ 200 ਨਾ ਮਗਰ ਉਹਨੇ ਦੀ ਹੋਰ ਚਾਹੀਦਾ ਵੀ ਕੀ ਐ। ਮੈਂ ਤੇ ਚਾਹ ਪੀ ਲੈ ਬੇਬੇ, ਚਾਹ ਪਿਆਵਾਂ। ਸਾਦ ਉਹਨੂੰ ਕੀ ਪਤਾ ਕਦੋਂ ਕਦੀ ਅੰਦਰ ਵੜੀ ਐ ਲੈ। ਓਏ ਚਾਹ ਲਾਇਆ, ਘੰਟਾ ਹੋ ਗਿਆ, ਚਾਹ ਕਾ ਮੋਮਬੱਤੀ ਧਰੀ ਐ। ਹਾਂ ਕੀ ਪਤਾ ਚਾਹ ਬਣਾਉਂਦੀ ਕਿ ਉੱਥੇ ਹੀ ਜਲਕ ਜਲਕ। ਹਾਂਜੀ ਬੜੀ ਦੇ ਜਾਣਾ, ਜਲਕ ਜਲਕ ਕਰੀ ਜਾਊਗੀ ਉੱਥੇ ਹੀ। ਜੀਵ ਤਾਂ ਖਾਣ ਨੂੰ ਐ ਚਲਾਉਂਦੀ ਐ ਤੇ ਕੰਮ ਨੂੰ ਹੱਥ ਐ ਜਲਕ ਜਲਕ, ਐਡੀ ਜਿੱਲੀ ਆ ਗੱਲਾਂ ਹੀ ਛੱਡ ਦੇ। ਚੁੱਪ ਕਰ ਜਾ ਹੁਣ ਵਾਲੀ ਆ। ਚਾਹ ਲੈ ਕੇ ਜਾਵਾਂ, ਚਾਹ ਨਹੀਂ ਲੈ ਕੇ ਆਈ।
ਡੈਣ ਆ ਲੋ ਜੀ ਇੰਨਾ ਟਾਈਮ ਚਾਹ ਤੇ ਗਾ ਮੋਮਬਤੀ ਤੇ ਕਿਹੜੀ ਚਾਹ ਨਹੀਂ ਜੀ ਦੁੱਧ ਚ ਪੱਤੀ ਪਾਈ ਸੀ ਕਿਉਂ ਦੁੱਧ ਚ ਪੱਤੀ ਕਾ ਤੋਂ ਪਾਈ ਆ ਕੁੜੇ ਕਿਉਂ ਮੰਮੀ ਜੀ ਫਿਰ ਕੀ ਹੋ ਗਿਆ ਦੋ ਤਾਂ ਕੱਪ ਬਣਾਉਣੇ ਸੀ ਬੂ ਮੈਂ ਮਰ ਜਾ ਇੰਨੀ ਸੰਘਣੀ ਚਾਹ ਨਾ ਤੂੰ ਮਲਾਈ ਨਹੀਂ ਲਾਹੀ ਦੁੱਧ ਤੋਂ ਮਲਾਈ ਲਾ ਕੇ ਕੀ ਕਰਨਾ ਸੀ ਮੰਮੀ ਜੀ ਲੈ ਵੇਖ ਲਾ ਕੁੱਡਰ ਨੂੰ ਆਈ ਨਹੀਂ ਪਤਾ ਵੀ ਦੁੱਧ ਤੋਂ ਮਲਾਈ ਵੀ ਲਾਈ ਦੀ ਹੁੰਦੀ ਆ ਨਹੀਂ ਲਾ ਕੇ ਕਰਨਾ ਕੀ ਆ ਮੰਮੀ ਜੀ ਚਾਹ ਤਾਂ ਪੀਣੀ ਆ ਨੀ ਕਮਲ ਗਏ ਘਿਓ ਨਿਕਲ ਦੱਸ ਤਾਂ ਇੰਨਾ ਇੰਨਾ ਘਿਓ ਜੋੜ ਲੈਂਦੀਆਂ ਸੀ ਹੈ ਤੇ ਨਾਲੇ ਦੁੱਧ ਚ ਪੱਤੀ ਪਾਉਣ ਨੂੰ ਕੁੜੇ ਦੁੱਧ ਤੂੰ ਪਾਉਂਦੀ ਨਹੀਂ ਕੀ ਤੜਕੇ ਵੇਲੇ ਘਿਓ ਵੀ ਤਾਂ ਢਿੱਡ ਚ ਹੀ ਜਾਣਾ ਤੇ ਚਾਹ ਵੀ ਜਾਣੀ ਆ ਫਿਰ ਕੀ ਆ ਚਾਹ ਤਾਂ ਸਵਾਦ ਆ ਨਾ ਦੁੱਧ ਡੈਰੀ ਚ ਨਹੀਂ ਜਾਂਦਾ ਨਾ ਹੁਣ ਕਦੋਂ ਪਾਇਆਗਾ ਜੀ ਪਾਇਆ ਨਹੀਂ ਹੁਣ ਤਾਂ ਹਾਏ ਨਾ ਮੈਂ ਤਾਂ ਗੁਰਦਾਰੇ ਉੱਠ ਜਾਂਦੀ ਸੀ ਤੇ ਮੈਨੂੰ ਤਾਂ ਐ ਹੁੰਦਾ ਸੀਗਾ ਵੀ ਦੁੱਧ ਜਾਂਦਾ ਕਰਕੇ ਕਿਵੇਂ ਆਪਣਾ 2-3 ਕਿਲੋ ਪੱਕਾ ਦੁੱਧ ਜਾਂਦਾਗਾ ਡੈਰੀ ਚ ਰੋਜ਼ ਤੇ ਦੱਸੋ ਡੈਰੀ ਚ ਪਾਉਣੋਂ ਹਟ ਗਿਆ ਐ ਸ਼ਤਮ ਕਰ ਦਿੰਨੇ ਆ ਦੁੱਧ ਮੰਮੀ ਜੀ ਤੁਸੀਂ ਆਪਦੀ ਚਾਹ ਆਪ ਹੀ ਬਣਾ ਲਿਆ ਕਰੋ ਵੇਖ ਲਾ ਲੈ ਮੈਂ ਨਾ ਵਾਸਤੇ ਬਣਾਈ ਸੀ ਤਾਂ ਕਰਕੇ ਤੁਹਾਡੀ ਵੀ ਬਣਾਤੀ ਨਾ ਮੈਂ ਤਾਂ ਭੈਣੇ ਪੀਂਦੀ ਨਹੀਂ ਤੁਹਾਨੂੰ ਹੀ ਹਾਜਮ ਹੁੰਦੀ ਐ ਇਹੋ ਜਿਹੀਆਂ ਦੁੱਧ ਚ ਪੱਤੀਆਂ ਤੂੰ ਵੀ ਲਾ ਗੱਲ ਹਾਂ ਦੁੱਧ ਚ ਪੱਤੀਆਂ ਪੀਣ ਅਸੀਂ ਨਹੀਂ ਗਿੱਜੀਆਂ ਤੇਰਾ ਵੀ ਕੋਈ ਹਾਲ ਨਹੀਂ ਮਾਤਾ ਚਲੋ 2 ਮਿੰਟ ਪਹਿਲਾਂ ਮੈਂ ਗੱਲ ਸਾਰੀ ਸਮਝਾਈ ਐ ਤੇਰੀ ਫੇਰ ਸੂਈ 180 ਦੇ ਵੇ ਪੁੱਤ ਕੀ ਕਰਾਂ ਮੇਰਾ ਪਾਰਾ ਇਹ ਜਮਾਂ ਵਧਾਈ ਰੱਖਦੀ ਆ ਮੈਨੂੰ ਤਾਂ ਲੱਗਦਾ ਨਾ ਥੋੜੇ ਦਿਨ ਹੀ ਕੱਟੂਗੀ ਜਿਹੜੇ ਹਿਸਾਬ ਨਾਲ ਇਹ ਚੱਲਦੀ ਆ ਮੈਂ ਤਾਂ ਲੱਗਦਾ ਮੈਂ ਥੋੜੇ ਦਿਨ ਕੱਢੂਗਾ ਤੁਹਾਡੇ ਚ ਐਡਾ ਕਲੇਸ਼ ਐਡਾ ਕਲੇਸ਼ ਪੁੱਤ ਤੇਰੇ ਮੂੰਹ ਨੂੰ ਤਾਂ ਚੋਪਾਂ ਤੇਰੇ ਮੂੰਹ ਨੂੰ ਚੋਪਾਂ ਮੈਂ ਕਹਿ ਦਿੰਨੇ ਆ ਅਸੀਂ ਕਾਹਨੂੰ ਇਹਨੇ ਤਾਂ ਜਮਾਂ ਸਾਨੂੰ ਖੁੰਗਲ ਕਰਤਾ ਇਹਨੇ ਲੈ ਵੀ ਅੱਜ ਚੜਾਈ ਤਾਂ ਪੂਰੀ ਆ ਸਰਦਾਰਨੀ ਨੂੰ ਪੁੱਛਦੇ ਆ ਕਿਵੇਂ ਆ ਫੇਰ ਵੀ ਵਿਆਹ ਤੇ ਜਾਣਾ ਯਾਰ ਉਹ ਕਿਵੇਂ ਸਰਦਾਰਨੀਏ ਠੀਕ ਆ ਤੂੰ ਕਿਵੇਂ ਸਰਦਾਰਾ ਅੱਜ ਗੁਲਾਬੀ ਪੱਗ ਬੰਨ ਕੇ ਗੁਲਾਬ ਦਾ ਫੁੱਲ ਹੀ ਬਣਿਆ ਫਿਰਦਾ ਟੌਰ ਵੇਖ ਸਹੀ ਆ ਬਥੇਰੀ ਟੌਰ ਆ ਅੱਜ ਮੈਂ ਵਿਆਹ ਤੇ ਜਾਣਾ ਅੱਜ ਅੱਛਾ ਤਾਂ ਤੇ ਤੁਸੀਂ ਦੱਸਿਆ ਤਾਂ ਹੈ ਨਹੀਂ ਉਹ ਪਿੰਡ ਚ ਹੀ ਆ ਅੱਛਾ ਉਹਨਾਂ ਦੇ ਅੱਜ ਪਾਰਟੀ ਆ ਮੁੰਡੇ ਦੇ ਵਿਆਹ ਦੀ ਅੱਛਾ ਤੇ ਉੱਥੇ ਜਾ ਕੇ ਆਉਣਾ ਮੈਂ ਚੱਲ ਜਾ ਆਇਓ ਫਿਰ ਤੇ ਮੈਂ ਤਾਂ ਤੁਹਾਨੂੰ ਆਏ ਆਂਦੀ ਸੀਗੀ